ਵੀ ਸਰਕਾਰ ਦੀ ਪੂਰੀ ਬਾਡੀ ਪੂਰੀ ਪੂਰੀ ਬਾਡੀ ਦੇ ਵਿੱਚ ਚੀਚੀ ਉਂਗਲ ਤੇ ਚੀਚੀ ਉਂਗਲ ਦਾ ਇੱਕ ਨੌ ਉਹ ਹੈ ਵਿਜੀਲੈਂਸ ਪਾਵਰ। ਇਹ ਪਹਿਲਾ ਵਾਰੀ ਹੋਊਗਾ ਕਿ ਕਦੇ ਪੁਲਿਸ ਦੇ ਹੱਕ ਵਿੱਚ ਲੋਕ ਬਾਹਰ ਆ ਕੇ ਖੜ ਕੇ ਨਾਰੇ ਲਾ ਕੇ ਜਾਣਗੇ। ਅਦਰਵਾਈਜ਼ ਇਹ ਨਹੀਂ ਕਿ ਇੱਥੇ ਬਹੁਤ ਦੇਵਤੇ ਬੈਠੇ ਆ, ਇਹਨਾਂ ਨੂੰ ਜੋ ਮਰਜ਼ੀ ਕਰਾ ਲਓ, ਉਹ ਕਰਨ ਨੂੰ ਤਿਆਰ ਹੈ। ਇੱਥੇ ਬੀਕੇ ਉੱਪਰ ਲੜਕੇ ਵੀ ਜੋ ਗੱਦ ਪਾ ਕੇ ਇਹਨਾਂ ਦਫ਼ਤਰਾਂ 'ਚ ਗਏ ਤੁਸੀਂ ਸੋਚ ਵੀ ਨਹੀਂ ਸਕਦੇ। ਮੈਨੂੰ ਕਦੇ ਉਮੀਦ ਨਹੀਂ ਹੈਗੀ ਕਿ ਕੁੰਵਰ ਵਿਜੇ ਪ੍ਰਤਾਪ ਵਰਗੇ ਬੰਦੇ ਨੂੰ ਜੇ ਮੌਕਾ ਮਿਲੂਗਾ ਤਾਂ ਕੁਛ ਕਰ ਸਕੂਗਾ, ਕਿਉਂਕਿ ਪਿਛਲੇ 9 ਮਹੀਨਿਆਂ ਦੇ ਵਿੱਚੋਂ ਜੋ ਸਰਕਾਰ ਨੇ ਗੰਦ ਪਾਇਆ ਹੋਇਆ ਉਹਦੇ ਬਾਰੇ ਚੁੱਪ ਹੈਗਾ। ਤਨਖਾਹਾਂ ਲੈ ਰਹੇ ਡਿਪਾਰਟਮੈਂਟ ਦੇ ਵਿੱਚੋਂ, ਕੇਜਰੀਵਾਲ ਨੂੰ ਇਹ ਚੀਜ਼ਾਂ ਸੂਟ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੇ ਕਮਾਈ ਕਰਨੀ, ਉਹਨਾਂ ਨੇ ਲੁੱਟਣਾ ਸਾਡੇ ਪੰਜਾਬ ਨੂੰ। ਹੋਰ ਵੀ ਕੋਈ ਚੀਫ ਸੈਕਟਰੀ ਕੋਈ ਇਹੋ ਜਿਹਾ ਲੱਭ ਕੇ ਲਾਇਆ ਜਾ ਸਕਦਾ ਬਜਾਏ ਕਿ ਉਸ ਦੇ ਜਿਹੜੇ ਦੇ ਆਪਦੇ ਦੇ ਪਰਚੇ ਦਰਜੇ ਹੋਣ, ਜਿਹੜਾ ਆਪ ਜੇਲ੍ਹ ਰਹਿ ਕੇ ਆਇਆ ਹੋਵੇ ਉਹ ਚੀਫ ਸੈਕਟਰੀ ਕਿਸੇ ਆਈ ਅਫਸਰ ਨੂੰ ਜੇਲ੍ਹ ਕਿਵੇਂ ਜਾਣ ਦੇਊਗਾ। ਕੀ ਲੱਗਦਾ ਕਿ ਇੰਨੀ ਹਿੰਮਤ ਕਿਉਂ ਪੈ ਰਹੀ ਆ ਕਿ ਉਹਨਾਂ ਕੋਲ ਵੀ ਜਿਹੜੇ ਰਾਜਨੀਤਿਕ ਲੋਕ ਨੇ ਜਾਂ ਸਰਕਾਰਾਂ 'ਚ ਬੈਠੇ ਮੰਤਰੀ ਨੇ ਉਹਨਾਂ ਦੇ ਕੋਈ ਲੂਜ਼ ਪੋਲਸ ਨੇ ਉਹਨਾਂ ਦੇ ਹੱਥ ਜਿਹੜਾ ਇੰਨੀ ਹਿੰਮਤ ਕਰ ਰਹੇ? ਬਿਲਕੁਲ ਇਹ ਹੈਗੇ ਆ, ਜਿਹੜੀ ਆਈ ਐਸ ਲਾਬੀ ਹੈ ਇਹ 99% ਸਾਡੇ ਬਾਹਰੋਂ ਆਏ ਹੋਏ ਆ, 1% ਸ਼ਾਇਦ ਲੋਕਲ ਹੋਣ, ਉਹ 99 ਦੇ ਵਿੱਚ ਉਹ ਵੀ ਰੁੜ ਜਾਂਦੇ ਉਹੋ ਜਿਹੇ ਹੋ ਜਾਂਦੇ ਨਾਲ ਜਦੋਂ ਸਾਰੇ ਗੰਦ ਖਾ ਰਹੇ ਹੋਣ ਤਾਂ 1% ਨੂੰ ਆਪਾਂ ਕੀੜਾ ਭਾ ਦੇਣਾ ਹੈਗਾ। ਇੱਕ ਤਾਂ ਉਹ ਆਪਣੀ ਪੀੜ੍ਹੀ ਥੱਲੇ ਸੋਟਾਂ ਮਾਰਨਗੇ, ਉਹ ਜਿਹੜੀ ਕਰਪਸ਼ਨ ਕਰਦੇ ਆ ਉਹ ਜਾਂਦੀ ਕਿੱਥੇ ਹੈ? ਮੰਨ ਲਓ ਜਿਹੜਾ ਅੰਦਰ ਫੜ ਕੇ ਦਿੱਤਾ ਉਹ ਧਾਲੀਵਾਲ ਜਿਹੜਾ PC ਅਫਸਰ ਹੈ ਉਹ ਕਰਪਸ਼ਨ ਕਰਦਾ ਸੀ, ਉਹਦੀ ਜੇਬ ਜਾਂਦੀ ਸੀ, ਉਹਨੂੰ IAS ਖਾਂਦੇ ਸੀਗੇ, ਉੱਪਰਲੇ ਲੋਕ ਖਾਂਦੇ ਆ। PC ਅਫਸਰ ਨੇ ਇਹਨਾਂ ਦੀ ਗੁਲਾਮੀ ਵਿੱਚ ਮਾੜੇ ਆ, ਅਦਰਵਾਈਜ਼ ਬਿਲਕੁਲ ਪੰਜਾਬ ਦੇ ਪੁੱਤ ਇੰਨੇ ਮਾੜੇ ਨਹੀਂ ਹੋ ਸਕਦੇ ਜਿੰਨੇ ਮਤਲਬ ਇਹ ਬਾਹਰੋਂ ਆ ਕੇ ਵਪਾਰੀ ਜਿਹੜੇ ਹੈਗੇ ਸਾਡੀ ਸਟੇਟ ਨੂੰ ਲੁੱਟਣ ਲੱਗੇ ਆ IAS ਦੇ ਰੂਪ ਦੇ ਵਿੱਚ। ਇਹ ਮੇਨ ਕੰਮ ਤਾਂ ਜਿਹੜੇ ਹੀ ਕਰਪਸ਼ਨ ਆਪ ਕਰਦੇ ਆ, ਉਹ ਤੋਂ ਬਾਅਦ ਭੇਜਦੇ ਪੋਲੀਟੀਸ਼ਨ ਕੋਲ ਵੀ 10 ਪੈਸੇ ਉਹਨੂੰ ਵੀ ਦੇ ਆ। ਸਾਡੇ ਚੀਫ ਮਿਨਿਸਟਰ ਹੈ ਹੀ ਨਹੀਂਗਾ, ਪੋਲੀਟੀਕਲ ਬਿੱਲ ਤਾਂ ਦਫਾ ਕਰੋ, ਬਾਅਦ ਦੀ ਗੱਲ ਹੈਗੀ ਚੀਫ ਮਿਨਿਸਟਰ ਹੀ ਹੈ ਨਹੀਂ। ਇੱਕ ਮਤਲਬ ਮੁਰਦਾ ਜਿਹੜੇ ਜੋ ਸ਼ਰਾਬ ਲਈ ਪੈਟਰੋਲ ਪਾ ਦਿੰਦੇ ਆ ਤੇ ਜਾਗ ਪੈਂਦਾ ਤੇ ਜਦੋਂ ਮੁੱਕ ਜਾਂਦਾ ਤੇ ਸੌ ਜਾਂਦਾ। 75 ਪੈਸੇ ਆਪ ਖਾਂਦੇ ਹੁੰਦੇ ਮੈਂ ਇਹਨਾਂ ਦੀ ਰੇਸ਼ੋ ਦੱਸੀ ਹੋਈ। ਤਾਂ ਮੇਨ ਜਿਹੜੀ ਹੈਗੀ ਹੈ ਇੱਧਰ ਜਿਹੜਾ ਪੋਲੀਟੀਸ਼ੀਅਨ ਮੌਜੂਦਾ ਉਹਨੂੰ ਸਭ ਪਤਾ ਹੈ, ਉਸ ਕਰਕੇ ਉਹ ਸਾਡੇ ਕਿਸੇ ਕੰਮ ਦਾ ਨਹੀਂ, ਉਹਨਾਂ ਦੇ ਨਾਲ ਰਲਿਆ ਹੋਇਆ ਕਾਣਾ ਹੈ ਜੇ ਜਾਂ ਕਿਸੇ ਨਾ ਕਿਸੇ ਰੂਪ ਵਿੱਚ ਉਹ ਬੋਲ ਨਹੀਂ ਸਕਦਾ। ਇਸ ਕਰਕੇ ਪੋਲੀਟੀਕਲ ਢਾਂਚਾ ਜਿੰਨਾ ਚਿਰ ਨਵਾਂ ਕ੍ਰੀਏਟ ਨਹੀਂ ਹੁੰਦਾ ਉਹਨਾਂ ਦੇ ਪੰਜਾਬ ਦਾ ਭਲਾ ਹੋਣਾ ਬਹੁਤ ਮੁਸ਼ਕਿਲ। ਦੋਸਤੋ ਸਮੇਂ ਦੀ ਆਵਾਜ਼ ਰੇਡੀਓ ਸਪਾਈਸ 'ਤੇ ਤੁਹਾਡਾ ਸਵਾਗਤ ਹੈ। ਦੋਸਤੋ ਪੰਜਾਬ ਹਿੰਦੁਸਤਾਨ ਘਪਲਿਆਂ ਲਈ ਜਾਣਿਆ ਜਾਂਦਾ, ਆਏ ਦਿਨ ਅਖਬਾਰਾਂ ਦੇ ਸਫ਼ਿਆਂ ਦੇ ਉੱਤੇ ਸੁਰਖੀਆਂ ਦੇ ਵਿੱਚ ਨਵੇਂ ਤੋਂ ਨਵਾਂ ਘਪਲਾ ਜਿਹੜਾ ਸਾਹਮਣੇ ਆਉਂਦਾ। ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਰੇੜਕਾ ਬਣਿਆ ਹੋਇਆ, ਇੱਕ ਪਾਸੇ IAS ਆਫਿਸਰ ਅਤੇ ਰਾਜਨੀਤਿਕ ਲੋਕਾਂ ਦੀ ਜੁੰਡਲੀ ਆ ਜਿਹੜੀ, ਉਹਨਾਂ ਵੱਲੋਂ ਪਲਾਟਾਂ ਦਾ ਘਪਲਾ ਕੀਤਾ ਗਿਆ ਅਤੇ ਉਸ ਕੱਪੜੇ ਨੂੰ ਲੈ ਕੇ ਲਗਾਤਾਰ ਜਿਹੜਾ ਚਰਚਾ ਬਣੀ ਹੋਈ ਆ। ਇਹ ਵੀ ਕਿਹਾ ਜਾਂਦਾ ਕਿ ਮੁੱਖ ਮੰਤਰੀ ਦੇ ਨਾਮ ਦੇ ਉੱਤੇ ਜਾਲੀ ਚਿੱਠੀ ਵੀ ਜਿਹੜੀ ਜਾਰੀ ਕਰਵਾਈ ਗਈ, ਉਸ ਤੋਂ ਬਾਅਦ ਜਿੱਥੇ ਵਿਜੀਲੈਂਸ ਵਿਭਾਗ ਕਾਰਵਾਈ ਕਰ ਰਿਹਾ, ਨਾਲ ਦੀ ਨਾਲ IAS ਆਫਿਸਰ ਨੇ ਜਿਹੜੀ ਉਹਨਾਂ ਨੇ ਆਪਣੀ ਯੂਨੀਅਨ ਬਣਾਈ ਆ, ਯੂਨੀਅਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ, ਕਲਮ ਛੋੜੋ ਹੜਤਾਲ ਕੀਤੀ ਜਾ ਰਹੀ ਆ, ਮਾਲ ਵਿਭਾਗ ਸਾਰਾ ਹੜਤਾਲ ਦੇ ਉੱਤੇ ਆ ਅਤੇ ਦੂਜੇ ਪਾਸੇ ਸਮਾਜ ਸੇਵੀ ਜਥੇਬੰਦੀਆਂ ਇੱਥੇ ਨਾਰੇ ਮਾਰ ਰਹੀਆਂ ਨੇ, ਪ੍ਰੋਟੈਸਟ ਕਰ ਰਹੀਆਂ ਨੇ, ਪੁਤਲੇ ਫੂਕ ਰਹੀਆਂ ਤਾਂ ਕਿ ਉਹਨਾਂ IAS ਆਫਿਸਰ ਨੂੰ ਜੇਲ੍ਹ ਭੇਜਿਆ ਜਾਵੇ। ਕੀ ਮਸਲਾ ਆਪਾਂ ਗੱਲ ਕਰਾਂਗੇ, ਸਾਡੇ ਨਾਲ ਨੇ ਬਲਵਿੰਦਰ ਸਿੰਘ ਸੇਖੋਂ ਜੀ, ਜਿਹੜੇ ਲੰਮਾ ਸਮਾਂ ਇਸ ਸਿਸਟਮ ਦੇ ਵਿੱਚੋਂ ਜਿਨ੍ਹਾਂ ਨੇ ਖੁਦ ਵੀ ਝੱਲਿਆ, ਖੁਦ ਵੀ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਹੋਣਾ ਪਿਆ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਯਾਤਨਾਵਾਂ ਝੱਲਣੀਆਂ ਪਈਆਂ, ਲਗਾਤਾਰ ਆਵਾਜ਼ ਉਠਾਉਂਦੇ ਰਹਿੰਦੇ ਇਹਨਾਂ ਮਸਲਿਆਂ ਦੇ ਉੱਤੇ, ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੇਖੋਂ ਸਾਹਿਬ, ਅੱਜ ਵਿਜੀਲੈਂਸ ਦਫ਼ਤਰ ਦੇ ਅੱਗੇ ਇਕੱਠੇ ਹੋਏ ਹੋ, ਕੱਪੜਿਆਂ ਨੂੰ ਲੈ ਕੇ, IAS ਆਫਿਸਰ ਦੀ ਲੌਬੀ ਨੂੰ ਲੈ ਕੇ ਤੁਸੀਂ ਵਿਚ ਰਹੇ ਹੋ ਵਿੱਚ, ਕਿਸ ਤਰੀਕੇ ਨਾਲ ਇਹ IAS ਆਫਿਸਰ ਨੇ ਜਿਹੜੇ ਲੌਬੀ ਬਣਾ ਕੇ ਰਾਜਨੀਤਿਕ ਲੋਕਾਂ ਦੇ ਨਾਲ ਮਿਲ ਕੇ ਜੁੰਡਲੀ ਬਣਾ ਕੇ ਜਿਹੜੀ ਕੱਪੜੇ ਕਰਦੇ ਆ, ਔਰ ਅੱਜ ਜਿਹੜਾ ਮਸਲਾ, ਇਹ ਮਸਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਆਪਾਂ ਸਰਕਾਰ ਦੀ ਬਹੁਤ ਗੱਲ ਕਰ ਰਹੇ, ਕੁਝ ਲੋਕ ਉੱਥੇ ਕੋਈ ਇਹਨਾਂ ਬਾਰੇ ਚੰਗਾ ਵੀ ਕਹਿ ਰਹੇ ਸੀਗੇ। ਮੈਂ ਗੱਲ ਕਰ ਰਿਹਾ ਵੀ ਸਰਕਾਰ ਦੀ ਪੂਰੀ ਬਾਡੀ, ਪੂਰੀ ਪੂਰੀ ਬਾਡੀ ਦੀ ਵੀ ਇੱਕ ਚੀਚੀ ਉਂਗਲ ਅਤੇ ਚੀਚੀ ਉਂਗਲ ਦਾ ਇੱਕ ਨੌ, ਉਹ ਹੈ ਵਿਜੀਲੈਂਸ ਭਵਨ ਜਿਹੜਾ ਚੰਗਾ ਕੰਮ ਕਰ ਰਿਹਾ, ਠੀਕ ਹੈ, ਬਾਕੀ ਸਾਰਾ ਬੇੜਾ ਗਰਕ ਹੋਇਆ ਹੋਇਆ, ਔਰ ਇੱਕ ਨੌ ਹੀ ਚੰਗਾ ਕੰਮ ਕਰ ਰਿਹਾ ਤਾਂ ਉਹ ਦਿਖਾਈ ਦੇ ਰਿਹਾ। ਇਹ ਪਹਿਲਾ ਵਾਰੀ ਹੋਊਗਾ ਕਿ ਕਦੇ ਪੁਲਿਸ ਦੇ ਹੱਕ ਵਿੱਚ ਲੋਕ ਬਾਹਰ ਆ ਕੇ ਖੜ ਕੇ ਨਾਰੇ ਲਾ ਕੇ ਜਾਣਗੇ, ਉਹ ਬਿਕਾਜ਼ ਆਫ ਇੱਕ ਪਰਸਨ ਜਿਹੜਾ ਇਹਨੂੰ ਹੈੱਡ ਕਰ ਰਿਹਾ ਇਸ ਟਾਈਮ, ਉਹਦੇ ਕਰਕੇ ਹੈ। ਅਦਰਵਾਈਜ਼ ਇਹ ਨਹੀਂ ਕਿ ਇੱਥੇ ਬਹੁਤ ਦੇਵਤੇ ਬੈਠੇ ਆ, ਇਹਨਾਂ ਨੂੰ ਜੋ ਮਰਜ਼ੀ ਕਰਾ ਲਓ, ਉਹ ਕਰਨ ਨੂੰ ਤਿਆਰ ਹੈ। ਅਤੇ BK ਉੱਪਰ ਲੜਕੇ ਵੀ ਜੋ ਗੰਦ ਪਾ ਕੇ ਇਹਨਾਂ ਦਫ਼ਤਰਾਂ 'ਚ ਗਏ ਤੁਸੀਂ ਸੋਚ ਵੀ ਨਹੀਂ ਸਕਦੇ, ਪਰ ਕਿਉਂਕਿ ਆਰਮੀ ਠੀਕ ਬੈਠਾ, ਜਿਹੜਾ ਮੈਨੇਜ ਕਰ ਰਿਹਾ, ਜਿਹੜਾ ਡਾਇਰੈਕਟ ਕਰ ਰਿਹਾ, ਉਹ ਠੀਕ ਬੈਠਾ, ਇੱਕ ਬੰਦੇ ਕਰਕੇ ਇਸ ਪੰਜਾਬ ਦੇ ਇੱਕ ਨੌ ਦੇ ਵਿੱਚੋਂ ਖੁਸ਼ਬੂ ਆਉਂਦੀ ਮਾੜੀ ਜੀ, ਉਹ ਇੱਕ ਸਿੰਗਲ ਆਦਮੀ ਕਰਕੇ। ਇੱਕ ਬੰਦਾ ਇਹਨਾਂ ਨੇ ਗਵਾ ਲਿਆ ਜਿਹੜਾ ਹਰਪ੍ਰੀਤ ਸਿੰਘ ਸਿੱਧੂ ਸੀ, ਉਹਨੂੰ DGP ਲਾਇਆ ਜਾਣਾ ਚਾਹੀਦਾ ਸੀ, ਜਿਹੜੀ ਆ ਲਾਈ ਹੈ ਚੇਨ, ਠੀਕ ਹੈ, ਸਮਗਲਰਾਂ ਦੀ ਚੇਨ ਜਿਹੜੀ ਹੈ, ਡਰੱਗ ਸਮਗਲਰਾਂ ਦੀ ਚੇਨ ਦਾ ਅਖੀਰਲਾ ਪਾਰਟ ਜਿਹੜਾ ਹੁਣ DGP ਲੱਗਿਆ ਹੋਇਆ, ਉਹਦੀ ਜਗ੍ਹਾ 'ਤੇ ਹਰਪ੍ਰੀਤ ਸਿੰਘ ਸਿੱਧੂ DGP ਚਾਹੀਦਾ ਸੀਗਾ, ਤਾਂ ਡਰੱਗ ਦਾ ਧੰਦਾ ਜਿਹੜਾ ਸੀ ਬੰਦ ਹੁੰਦਾ ਤੁਹਾਨੂੰ ਅਸੀਂ ਵਿਖਾਉਂਦੇ, ਪਰ ਡਰੱਗ ਦੇ ਧੰਦੇ ਇਹਨਾਂ ਨੇ ਬੰਦ ਨਹੀਂ ਕਰਨੇ। ਹੁਣ ਭਗਵੰਤ ਮਾਨ ਨੇ ਜੇਲ੍ਹ ਡਿਪਾਰਟਮੈਂਟ ਆਪਣੇ ਕੋਲ ਰੱਖਿਆ,
एक महीने के जो कुछ ना किया तो यह गांह आने वाला इल्जाम वेद लगना है कि धंधा हूँ तू कर रहे हैं ज्यादा कुंवर विजय प्रताप ना ला के वेख लवे एक बार चैक करके सानू यह भी कोई उम्मीद नहीं कि कुंवर विजय प्रताप कुछ कर सकूगा वह भी इसे पार्ट जो गया होया जे मैं जे अफसर बारे कह सकता है जे हो सकता कि पुराने समय में साढ़े किसी रिलेशन भी कौड़े रहे हूँ पर सच्चाई में सच्चाई कहना बनता है मैनू कोई उम्मीद नहीं है कि कुंवर विजय प्रताप वर्गे बंद जो मौका मिलेगा तो कुछ कर सकूगा क्योंकि पिछले 9 महीनों के जो सरकार ने गंद पाया होया उस बारे चुप है तनखाह ले रहे हैं डिपार्टमेंट के तनखाह ले रहे हैं पेंशन डिपार्टमेंट दी रही है तनखाह साढ़े जी है एम एल ए दी आई जा रही है कम की किया जा रहा कुछ भी नहीं इस करके मैं एक रिक्वेस्ट करनी चाहता है कि जे उन्होंने कोई सुनवाई है या भगवंत मान जो कोई माड़ा मोटा कोई सुनता है नशे नुशे तो जिन माड़ी मोटी मिलती है जी वेल तो उन्होंने अपने जेल डिपार्टमेंट में लगा के अपने अटैच करके चैक करके वेख ले 99% फेलर होगा मैं फिर कह दिना पर 1% भी चैक कर लेना चाहिए ताकि कल ये जे कुंवर विजय प्रताप वर्गे बंद चढ़ के ये ना कहना भी सानू मौका मिलता तो अभी की कर देंगे तो मैंने बड़ी उम्मीद है कि इस तरह करने शायद पंजाब ड्रग के सिस्टम जोड़ा है ठल पाई जा सकती है पर हरप्रीत सिंह सिद्धू वर्गे जो DGP लाए जा सकते हूँ फिर हालात बनते हैं और वास्ते जोड़ा है केजरीवाल में ये चीज़ा सूट नहीं कर दियाँ क्योंकि उन्होंने कमाई करनी उन्होंने लुटना है साढ़े पंजाब तो सो यारी अज की गलबात है जी बधाई की गल है वो सिर्फ विजिलेंस के हैड जो बंदा एक बंदा कर रहा वो करके अच्छ पंजाब सरकार के कुछ ना कुछ जो कुछ चंगा कहना पै रहा है तो एक करके है यह जे अफसर होर भी है जिम्मे मैं DGP भी रखे होर भी कोई चीफ सैकटरी कोई यह जहाँ लभ के लाया जा सकता है बजाय कि उस जिड़े से आपदे के परचे दर्ज हो जो आप जेल रह के आया हो चीफ सैकटरी किसी आई अफसर जेल किमें जान देगा ठीक है जोड़ा आप इन्होंने चीज़ों का मुजरम है तो पहले कांग्रेस सरकार वाले भी यही रहा सरकार वाले फूक फूक के हाथ पैर चक रही है IS ऑफिसर मिलकर आते जाके भी कार्रवाई ना की जाए साढ़े तो भगवंत मान सरकार हूँ तक सख्ती क्यों नहीं पेश आ रही जब सारिया चीज़ा साफ ने भगवंत मान सरकार सरकार नहीं है IAS अफसर सरकार होंगे है फिर मेरी गल दोबारा सुनो सरकार भगवंत मान नहीं है सरकार केजरीवाल नहीं है सरकार IAS अफसर होंगे है इस करके सरकार ये खुद ने यह चला सरकार जिवें जी करता है ये तो हर चीज़ पर हावी ने यह तो ब्यूरोक्रेट कला सरकार नहीं चला जुडिशरी भी चला मीडिया भी चला पॉलिटिशियन भी चला तो सो जो है मतलब अज का प्रोटेस्ट है सरकार के खिलाफ है और IAS अफसर जो सरकार के कंट्रोल च हो गए जो इन मुताबिक काम करेंगे उदो सरकार कितने होगी अज सरकार नाम की कोई चीज़ नहीं IAS अफसर की सरकार है तो असं इन्हों के खिलाफ आए हुए हैं एक कहा जाता पंजाब भी जिन्हें चोर नाले चतर माल विभाग हड़ताल से आ IAS ऑफिसर ने हड़ताल का सद्दा दिता हुआ की लगता कि इन्नी हिम्मत क्यों पै रही है कि उन्हां कोल भी जिहड़े राजनीतिक लोग ने जां सरकारां च बैठे मंत्री ने उन्होंने कोई लूज पोल ने उन्होंने हाथ जिहड़ा इन्नी हिम्मत कर रहे बिल्कुल यह है जी IAS लाबी है ये 99% साढ़े बाहरों आए हुए हैं 1% शायद लोकल हो 99 भी रुल जाते योजे हो जाते जो सारे गंद खा रहे हो 1% आप की लांबा देना है PCS अफसर की जी गल मैं तुम स्पष्ट करनी चाहता है PCS अफसर चो अजे भी कुछ चंगा कढ़िया जा सकता है एक तो अपनी पीढ़ी थले सोटा मारन वो जी करप्शन करते हैं वो जाती कितने है मन लो जो अंदर फड़ के दिता धालीवाल जो PCS अफसर है वो करप्शन करता से जेब जाती IAS खाते थे उपरले खाते हैं तो इन्हों प्रोटैक्शन देंगे ये उन्होंने कहें भी तुम हड़ताल करो अभी तो खड़े हैं नहीं तो अदरवाइज PCS की इन्नी हिम्मत ही नहीं कि हड़ताल कर ले वो सारी कहानी इन्हों की हैगी है पर PCS अफसर चाहिए कि वो पंजाब के है और 99% पंजाब के है तो उन्होंने कोई ना कोई शर्म करनी चाहिए है कि इन्हों गलत गल् है जो ये उन्होंने तो गलत काम करवाते हैं वो बारे लोगों मतलब जे लोग सामने लैके आएंगे तो लोग जो चलेंगे अज एक सच्ची गल मैं एक डिपार्टमेंट का पार्ट रहा होने बाद हर चीज़ अंदरली जो बाहर दसदा तो लोग उन्होंने सुनते कि नहीं तो लोग उन्हें एप्रीशिएट करते कि ये होर क्यों क्यों नहीं कर सकता हर एक बंदा क्यों नहीं मतलब ये चीज़ कर सकता तो इस करके इन चीज़ों जो बाहर आने तो फिर PCS अफसर इन्हों की गुलामी में माड़े है अदरवाइज बिल्कुल पंजाब के पुत इन्ने माड़े नहीं हो सकते जिन्हें मतलब ये बाहरों आगे व्यापारी जोड़े है साड़ी स्टेट लुट लगे IAS के रूप के कोई हल निकल सकता जिस तरीके रोज़ आए दिन कोई ना कोई घपला सामने आता IAS ऑफिसर ने सरकार ने सब कुछ तो पूरा सिस्टम गड़िया पाया की थोनू की आस की है कि हल होगा इस सिस्टम का कोई जदों कोई पोलिटिकल विल स्ट्रोंग वाला CM ठीक है एक स्पैशल कमरा बनाऊगा जिथे कि इन्हें कन्न में पंजाबी समझाया जाए इन्हों एक दो बुला के भी इस तरह तरीके सरकार जी है चलाई जा सकती है फिर बहुत जल्दी समझ आ जाती है फिर दूजे दस दे नहीं भी उबी समझाया जाता भाई जाना नहीं उत्थे फिर हो जाएंगे तो गल कुछ भी नहीं है यही बंदे यही अफसर
गजों सीधे हो जाएंगे जो कोई पोलीटल बिल वाला जो चीफ मिनिस्टर होगा वो आऊगा तो साढ़े चीफ मिनिस्टर है ही नहीं गा पोलीटल बिल का दफा करो बाद गल है कि चीफ मिनिस्टर ही है नहीं एक मतलब मुर्दा जो शराबरी पेट्रोल पा दें तो जाग पैदा तो जो मुक जाता तो सौ जाता उदो की उम्मीद रखते हैं अं उम्मीद जो रखते थे तो आने वाले समय में कोई नवा कोई खेतरी पार्टी जो कोई खड़ी होगी स्टेट के तो उतों कुछ चंगे बंदे उठ के आ सकते हैं तो अदरवाइज पोलीटल सिस्टम के कुछ नहीं मतलब कह सकते क्योंकि पोलीटल सिस्टम इन्हों का गुलाम है इन्होंने मतलब मैं प्रताप सिंह बाजवा सुन रहा बोल रहे थे कह रहे थे ठीक गल कर रहे भी ये को सैक्रेटरी होंगे जिते भी सहन मंत्री के होंगे इन्होंने सहन नाल होंगे पर कार्रवाई मंत्रियों की होंगी इन्हों की नहीं होंगी इस करके क्योंकि वो सब लोगों ने एक एक्सपीरियंस वेख्या होया तो सुनया हो ना उन्होंने पता है वो जे जे पॉलिटिशियन जिहड़ा हैगा वो भी इन्ना हो जाए ये मेन काम तो जिहड़े ही करप्शन आप करते हैं उदू बाद भेजते पॉलिटिशियन को भी 10 पैसे उन्होंने भी दे पेत्र पैसे आप खाते होंगे मैं इन रेशो दसी हुई तो मेन जी है जो पॉलिटिशियन मौजूद है उन्होंने सब पता है उस करके उस लड़ाई किसी काम का नहीं उन्होंने नाल रलिया होया कौन है जी ज किसी न किसी रूप में वो बोल नहीं सकता तो इस करके पोलीटिकल ढांचा जिन्ना चर नवा क्रिएट नहीं होंगे उन्होंने चर पंजाब का भला होना बहुत मुश्किल है। धन्यवाद जी सिखों साहब। ये सन बलविंदर सिंह सिखों जी जिन्होंने बड़े विस्तार के दसिया कि किस तरीके भारतीय प्रबंध आ जड़ा या सिस्टम आ उपर तो लैके थले तक IAS ऑफिसर्स ने जड़ा उस लॉबी के कंट्रोल चा जब तक कोई पावर वाला कोई सच्ची नीयत वाला आगू अगे नहीं आता जो खेतरी पार्टी जिहड़ी पंजाब के हकों न्याय अन्याय बारे स्पष्ट राय रखती हो सामने नहीं आती तो इन समस्या का हल नहीं आएगा रेड़का चलता रहेगा। जुड़े रहो रेडियो स्पाइस के नाल मैं करम सिखा कैमरामैन राहुल।